ਅਸਲਾਮੁਆਲਿਕਮ ਪੀਸੀ ਰਿਕਾਰਡਰ ਜਿਹਨੂੰ ਅਸੀਂ ਪੰਜਾਬ ਕਲਚਰ ਟੀਵੀ ਕਹਿੰਨੇ ਆ ਰੋਮਿਓ ਜਲਬ ਤੁਹਾਡੀ ਖidmat ਚ ਹਾਜ਼ਰ ਹੈ ਪ੍ਰੋਗਰਾਮ ਸਿਆਸੀ ਵਿਰਸਾ ਸਿਆਸੀ ਵਿਰਸੇ ਚ ਮੈਂ ਹਮੇਸ਼ਾ ਸਿਆਸੀ ਗੱਲਾਂ ਹੀ ਕਰਨਾ ਉਹ ਸਿਆਸੀ ਗੱਲਾਂ ਹਕੀਕਤ ਦੇ ਨਜ਼ਦੀਕ ਤਰੀਨ ਹੁੰਦੀਆਂ ਨੇ ਨਵਾਸ਼ਦੀਰ ਸਾਹਿਬ ਆ ਗਏ ਨੇ ਬੜਾ ਸੋਹਣਾ ਇਸਤਕਬਾਲ ਹੋ ਗਿਆ ਉਹਨਾਂ ਦਾ Imran Khan ਦੇ ਜਲਸੇ ਤੋਂ ਜ਼ਿਆਦਾ ਦੁਨੀਆ ਉੱਤੇ ਪਹੁੰਚੀਏ ਜ਼ਾਹਿਰ ਹੈ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਪਿੰਡਾਂ ਥਾਵਾਂ ਤੇ ਸ਼ਹਿਰਾਂ ਦੇ ਵਿੱਚ ਕਾਉਂਸਲਰ ਚੇਅਰਮੈਨ ਉਹ ਸਭ ਨਵਾਜ਼ ਸ਼ਰੀਫ ਦੇ ਨੇ ਬਾਕੀ ਮੈਨੂੰ ਬੜੀ ਹੈਰਤ ਹੁੰਦੀ ਏ ਲੋਕੀ ਕਿੰਨਾ ਕੁ ਝੂਠ ਬੋਲਦੇ ਨੇ ਘਰ ਬੈਠੇ ਕਹਿ ਦਿੰਦੇ ਨੇ ਇੰਨੀ ਦੁਨੀਆ ਗਈ ਨਹੀਂ ਇੰਨੀ ਦੁਨੀਆ ਵਾਪਸ ਆ ਗਈ ਕੋਈ ਐਂਕਰ ਹੈਗੇ ਨੇ ਉਹ ਉੱਥੇ ਜਾ ਕੇ ਵੀਡੀਓ ਬਣਾਉਂਦੇ ਨੇ ਉਹ ਕਹਿੰਦੇ ਨੇ ਤੂੰ ਬਾਹਰ ਕਿਉਂ ਆ ਗਿਆ ਉਹ ਯਾਰ ਕਿਸੇ ਨੇ ਜਲਸੇ ਤੇ ਜਾਣਾ ਹੈ ਚਾਹ ਪੀਣੀ ਹੈ ਬੋਤਲ ਪੀਣੀ ਹੈ ਖਾਣਾ ਖਾਣਾ ਹੈ ਉਹ ਕਿਤੋਂ ਪਤਾ ਪਿੰਡਾਂ ਤੋਂ ਉਹ ਆਇਆ ਚਹਿਲ ਕਦਮੀ ਵੀ ਜੇ ਕਰਨੀ ਹੈ ਨਾ ਉਹਨੇ ਜ਼ਾਇਰਾ ਜਲਸੇ ਦੇ ਵਿੱਚ ਆਇਆ ਚਹਿਲ ਕਦਮੀ ਵੀ ਕਰਨੀ ਹੈ ਸਾਰਾ ਕੁਝ ਕਰਨਾ ਹੈ ਉਹਨੇ ਦੁਨੀਆ ਤੇ ਆ ਗਈ ਨਾ ਲੇਕਿਨ ਨਵਾਜ਼ ਸ਼ਰੀਫ ਨੇ ਤਕਰੀਰ ਅੱਛੀ ਕੀਤੀ ਏ ਉਹਨੇ ਕਿਸੇ ਨੂੰ ਭੈੜਾ ਤਰੀਂਦਾ ਕਿਹਾ ਕਿਸੇ ਨੂੰ ਗਾੜੀ ਗਲੋਚ ਤਾਂ ਨਹੀਂ ਕੀਤੀ ਉਮਰਾਨ ਆਂਦੀਏ ਪਿਛਲੀਆਂ ਤੁਸੀਂ ਤਕਰੀਰਾਂ ਵੇਖ ਲਓ ਹਮੇਸ਼ਾ ਗਾੜੀ ਗਲੋਚ ਉਹ ਤੁਸੀਂ ਖੋਤੇ ਜਾ ਰਹੇ ਹੋ ਦਸਿਆਂ ਦੇ ਵਿੱਚ ਨਵਾਜ਼ ਸ਼ਰੀਫ ਨੂੰ ਮਿਲਣ ਵਾਸਤੇ ਏਅਰਪੋਰਟ ਤੇ ਮੈਂ ਬੜਾ ਹੈਰਾਨ ਹੋਇਆ ਇਹ ਤੂੰ ਸਿਆਸਤਦਾਨ ਨੇ ਕੀ ਆ ਲੋਕੀ ਜਿੱਥੇ ਮਰਜ਼ੀ ਜਾਣ ਕਿਸੇ ਨੂੰ ਭੈੜਾ ਨਾ ਮਤ ਕਹੋ ਚਾਹੇ ਉਹ ਪੀਪਲ ਪਾਰਟੀ ਦਾ ਜਲਸਾ ਹੋਵੇ ਨਵਾਸ਼ੀ ਦਾ ਜਲਸਾ ਹੋਵੇ ਲੋਕੀ ਆਪਣੇ ਤੇਰੇ ਜਿਹੜੇ ਜਲਸੇ ਚਾਹੁੰਦੇ ਨੇ ਉਹ ਖੋਤੇ ਹੁੰਦੇ ਨੇ ਉਹ ਖੋਤੇ ਆਂਦੇ ਸੀ ਤੇਰੇ ਜਲਸੇ 'ਚ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰੀਦੀਆਂ ਔਰ ਕਿਸੇ ਨੂੰ ਭੈੜਾ ਨਹੀਂ ਕਹਿਣਾ ਚਾਹੀਦਾ ਇਹ ਇਮਰਾਨ ਖਾਨ ਇਹਨਾਂ ਨੂੰ ਭੈੜਾ ਕਹਿੰਦਾ ਸੀ ਅੱਜ ਉਹਦਾ ਸ਼ਰਕੀ ਹੈ ਇਹ ਸਾਡੇ ਇਸਲਾਮ 'ਚ ਵੀ ਹੈਗਾ ਕਿਸੇ ਨੂੰ ਭੈੜਾ ਲਫ਼ਜ਼ ਇਸਤੇਮਾਲ ਨਾ ਕਰੋ ਕਿਸੇ ਵਾਸਤੇ ਕਿਸੇ ਬੀਬੀ ਵਾਸਤੇ ਕਿ ਤੁਹਾਡੀਆਂ ਆਪਣੀਆਂ ਵੀ ਮਾਵਾ ਪੜਾ ਹੈਗੀਆਂ ਤੁਸੀਂ ਕਿੰਨਾ ਕਿੰਨਾ ਗਲਤ ਇਸਤੇਮਾਲ ਕਰਦੇ ਰਹੇ ਲਫਾਜ਼ ਉਹ ਮੈਂ ਵੀ ਨਹੀਂ ਇਸਤੇਮਾਲ ਕਰ ਸਕਦਾ ਮੈਨੂੰ ਵੀ ਸ਼ਰਮ ਆਉਂਦੀ ਹੈ ਤੁਸੀਂ ਇਸਤੇਮਾਲ ਕਰਦੇ ਰਹੇ ਗਾਲੀ ਗਲੋਚ ਦਿੰਦੇ ਰਹੇ ਉਹੀ ਤੁਹਾਡੀ ਆਵਾਮ ਦੇ ਡਲੇ ਡਲੇ ਫਾਲੋਅਰ ਨੇ ਉਹ ਵੀ ਇਹੀ ਚੀਜ਼ਾਂ ਇਸਤੇਮਾਲ ਕਰਦੇ ਨੇ ਮੈਂ ਅਕਸਰ ਵੇਖਿਆ ਆਂਟੀ ਇਫਲਾ ਤੂੰ ਐਸ ਤਰ੍ਹਾਂ ਉਹ ਯਾਰ ਇਹ ਗੱਲਾਂ ਨਹੀਂ ਇੱਟੀਆਂ ਲੱਗਦੀਆਂ ਜੇ ਤੈਨੂੰ ਗੱਲਬਾਤ ਹੀ ਨਹੀਂ ਕਰਨੀ ਆਂਦੀ ਏ ਤੈਨੂੰ ਸਿਆਸਤ ਦਾ ਹੀ ਨਹੀਂ ਪਤਾ ਤੁਸੀਂ ਇੱਥੇ ਆ ਕੇ ਮੋਬਾਈਲਾਂ ਦੇ ਆ ਕੇ ਤੁਸੀਂ ਐਂਕਰ ਬਣ ਗਏ ਉਹ ਸਿਆਸੀ ਗੱਲਾਂ ਸ਼ੁਰੂ ਕਰਤੀਆਂ ਤੇ ਤੈਨੂੰ ਸਿਆਸਤ ਦਾ ਹੀ ਨਹੀਂ ਪਤਾ ਤੈਨੂੰ ਸਿਆਸਤ ਦਾ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਤੁਸੀਂ ਮੈਨੂੰ ਇਹ ਦੱਸੋ ਉਹਨੇ 3 ਸਾਲ ਦੇ ਵਿੱਚ ਕਿਹੜਾ ਤਰੱਕੀਆਤੀ ਕੰਮ ਕਰਤਾ ਕਿਹੜੀ ਤੁਸੀਂ ਰੋਟੀ ਸਸਤੀ ਕਰਤੀ ਕਿਹੜਾ ਮੈਂ ਵੀ ਨਾਰਾ ਮਾਰਾਂ ਕਿ ਯਾਰ ਉਹਨੇ ਕੰਮ ਕਰਤਾ ਉਹਨੇ ਆਦੇ ਸਾਰੇ ਸਾਲਾਂ ਤੇ ਸਮਗਲਿੰਗ ਕਰਵਾਇਆ ਤੁਹਾਡਾ ਆਟਾ ਖਤਮ ਕਰਵਾਇਆ ਤੁਹਾਡੀ ਕਿਉਂ ਖਤਮ ਕਰਵਾਇਆ ਇੱਥੇ ਤੱਕ ਕਿ ਬੱਕਰਾ ਵੀ ਦबई ਚ ਸਮਗਲਿੰਗ ਹੁੰਦਾ ਰਿਹਾ ਤੁਹਾਡਾ ਉਹ ਤੁਹਾਨੂੰ ਪੈਸੇ ਆ ਕੇ ਦਿੰਦੇ ਸੀ ਤੁਸੀਂ ਪੈਸੇ ਕਮਾਉਂਦੇ ਰਹੇ ਹੋ ਪਹਿਲੇ ਵੀ ਮੈਂ ਤੁਹਾਨੂੰ ਦੱਸਿਆ ਸੀ ਸੁਕਾਤ ਲੈਣ ਵਾਲਾ ਬੰਦਾ ਨਾ ਤੁਹਾਡੀ ਮਦਦ ਕਰੇਗਾ ਮੈਨੇ ਮੇਰੀ ਬਦਲ ਕਰੇਗਾ ਮੈਂ ਵੀ ਬਰਾਨਖਾ ਕੋ ਜਾਵਾਂਗਾ ਉਹ ਹੀ ਕਹੇਗਾ ਰੋਮੀਓ ਸਾਹਿਬ ਨੂੰ ਚਾਦੀ ਪਿਆਲੀ ਬਣਾਓ ਤੇ 10 ਰੁਪਏ ਚੰਦੇ ਚ ਪਾ ਦਿਓ ਇਹ ਕੀ ਗੱਜੇਗੀ ਜੇ ਜਦੋਂ ਚੰਦਾ ਲੈਣਾ ਸ਼ੁਰੂ ਕੀਤਾ ਸੀ ਨਾ ਤੇ ਲਾਰਟ ਗਾਰਡਨ ਮੇਰੇ ਨਾਲੋਂ ਦੌੜ ਲੱਗਦਾ ਹੁੰਦਾ ਸੀ ਤੇਹੀ ਕੰਦਾ ਸੀਗਾ ਕਿ ਚੰਦਾ ਦਿਆ ਕਰੋ ਤੇ ਸਾਡੇ ਕਈ ਜੋ 200 ਉੱਤੇ ਚੰਗੇ ਬੈਂਕਾਂ 'ਚ ਲੱਗੇ ਸੀ ਉਹਨੂੰ ਚਾਹ ਪਾਣੀ ਵੀ ਪਲਾਂਦੇ ਸੀ ਇਹ ਮੈਂ ਤੁਹਾਨੂੰ 1988 ਦੀ ਗੱਲ ਕਰ ਰਿਹਾ ਸ਼ਾਇਦ ਕਿਸੇ ਨੂੰ ਪਤਾ ਹੋਵੇ ਨਾ ਪਤਾ ਹੋਵੇ ਕਿਉਂਕਿ ਉੱਥੇ ਮੈਂ ਟ੍ਰੇਨਿੰਗ ਮੈਰੇ ਸੀ ਟ੍ਰੇਨਿੰਗ ਲਾਰੈਂਸ ਗਾਰਡਨ ਆਂਦਾ ਸੀ ਉੱਥੇ ਮੇਰੇ ਕੁਝ ਦੋਸਤ ਸੀ ਜਿਹੜੇ ਅਫਸਰ ਲੱਗੇ ਸੀ ਉਹਨਾਂ ਨਾਲ ਮੈਂ ਵਾਕ ਕਰਦਾ ਸੀ ਇਹ ਤੁਹਾਨੂੰ ਮੈਂ ਆਪਣੇ ਸਾਹਮਣੇ ਦੀ ਗੱਲ ਦੱਸ ਸਕਿਆ ਤੇ ਉਹ ਉਹਦੀ ਖਿਦਮਤ ਕਰਦੇ ਸੀ ਉਹਨੂੰ ਚਾਹ ਪਾਣੀ ਪੁੱਛਦੇ ਸੀ ਚੰਦਾ ਵੀ ਦਿੰਦੇ ਸੀ ਤੇ ਬਾਹਰ ਦੇ ਮੁਲਕਾਂ ਚ ਵੀ ਉਹਨੂੰ ਚੰਦਾ ਆਂਦਾ ਰਿਹਾ ਕਾਫੀ ਮਿਕਦਾਰ ਚ ਚੰਦਾ ਆਂਦਾ ਅਜੇ ਵੀ ਆ ਰਿਹਾ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਔਰ ਹਕੀਕਤ ਹੈ ਹੁਣ ਵੀ ਤੁਨੋਂ ਨਜ਼ਦੀਕ ਗੱਲ ਕਰ ਰਿਹਾ ਕੰਦਾ ਲੈਣ ਵਾਲਾ ਬੰਦਾ ਤੁਹਾਡੇ ਵਾਸਤੇ ਕੁਝ ਨਹੀਂ ਕਰੇਗਾ ਉਹੀ ਕਹੇਗਾ 20 ਰੁਪਏ ਵੀ ਦੇ ਨਾਲ ਚਾਹ ਵੀ ਪਿਲਾ ਤੁਹਾਡੇ ਸਾਹਮਣੇ ਜੰਗੀਰ ਤਰੀਨ ਕਿੰਨਾ ਉਹਨੂੰ ਖਵਾਉਂਦਾ ਪਿਆਂਦਾ ਰਿਹਾ ਅਲੀਮ ਖਾਨ ਕਿੰਨਾ ਖਵਾਉਂਦਾ ਪਿਆ ਉਹਨੂੰ ਪਤਾ ਚੱਲ ਗਿਆ ਉਹਨਾਂ ਨੇ ਆਪਣਾ ਅਰਬਾਂ ਰੁਪਏ ਇਕੱਠਾ-ਕੁੱਠਾ ਕਰ ਲਿਆ ਚੀਨੀ ਤੋਂ ਹੁਣ ਲੱਤ ਮਾਰੀ ਉਹਨੂੰ ਪਤਾ ਸੀ ਸਾਨੂੰ ਲੱਤ ਮਾਰੇਗਾ ਸੀ ਪਹਿਲੇ ਮਾਰਤੀ ਹਕੀਕਤ ਗੱਲ ਕਰ ਰਿਹਾ ਅਜੇ ਵਿੱਚ ਕੋਈ ਮੈਨੂੰ ਕੋਈ ਭਾਰ ਨਹੀਂਗਾ हालांकि मैं तरक्की पसंद जबानु रखना लेकिन मैं तक ये कह रहा आके अपने मोबाइलों पर आके फेसबुक से और चीज़ा विखाते हो गल करते हो तो पता ही नहीं है तुम एक पासे लग गए पास हो बस एक खिलाड़ी से बस वो ठीक है वो तहूँ भी इजाजत हैगी है लेकिन तुम गलत रस्ते तुर पैंती तुर पै आर्मी पिछे ਆਰਮੀ ਨਾ ਤੁਹਾਡੀ ਜੰਗ ਲੜਨੀ ਸ਼ੁਰੂ ਕਰਦੀ ਓਏ ਆਰਮੀ ਨਾ ਤੁਹਾਨੂੰ ਤਫੋਜ਼ ਦਿੱਤਾ ਹੈ ਕਿੰਨੇ ਸ਼ਹੀਦ ਹੋ ਰਹੇ ਨੇ ਤੁਹਾਨੂੰ ਪਤਾ ਹੀ ਨਹੀਂਗਾ ਤੁਸੀਂ ਇੰਡੀਆ ਨੂੰ ਖੁਸ਼ ਕਰ ਦਿੱਤਾ ਨਾ ਇੰਡੀਆ ਨੇ ਕਿਹਾ ਗਿਆ ਸਾਨੂੰ ਕੀ ਲੋੜ ਪਈ ਸੀ ਸਾਡੇ ਦੇ ਬੰਦੇ ਇੱਥੇ ਬੈਠੇ ਨੇ ਆਪੇ ਕੰਮ ਪਾ ਜਾਣਗੇ ਤੁਸੀਂ ਉਹ ਕੰਮ ਪਾ ਰਹੇ ਹੋ ਤੁਸੀਂ ਉਹ ਕੰਮ ਪਾਇਆ ਤੁਸੀਂ ਓਏ ਯਾਰ ਖੁਦਾ ਦਾ ਖੋਫ ਕਰੋ ਇੱਥੇ ਭੁੱਟੋ ਨੇ ਫਾਂਸੀ ਲੱ ਲਈ ਲੋਕਾਂ ਨੇ ਕੋੜੇ ਖਾਦੇ ਓ ਰਿਤੁਰੇ ਉਧਰ ਉਹਨਾਂ ਨੂੰ ਪਤਾ ਸਾਡੀ ਆਰਮੀ ਦੇ ਬਗੈਰ ਅਸੀਂ ਨਹੀਂ ਰਹਿ ਸਕਦੇ ਔਰ ਪੂਰੀ ਦੁਨੀਆ ਨੂੰ ਪਤਾ ਕਿ ਸਾਡੀ ਆਰਮੀ ਨੰਬਰ 1 ਹੈਗੀ ਹੈ ਤੁਸੀਂ ਉਹਦੇ 'ਚ ਉਹ ਗੱਲਾਂ ਕਰਦੇ ਤੁਹਾਨੂੰ ਪਤਾ ਹੀ ਨਹੀਂ ਇੱਥੇ ਤੇ ਤੁਸੀਂ ਉਹ ਕਰੋ ਜਿਹੜਾ ਕਾਨੂੰਨ ਬਣਿਆ ਆ ਕਿ ਤੁਸੀਂ ਕੁਝ ਕਹਿ ਨਹੀਂ ਸਕਦੇ ਤੁਹਾਨੂੰ ਸਜ਼ਾਵਾਂ ਹੈਗੀਆਂ ਤੁਸੀਂ ਉਹਨਾਂ ਨੂੰ ਨਿਰੰਤਰ ਰੁਪਏ ਉਹਨਾਂ ਦੇ ਨਾਲ ਕੋਈ ਖੁਦਾ ਦਾ ਖੌਫ ਕਰੋ ਮਕਦਮੇ ਚ ਚਲਾਓ ਮੈਂ ਕਹਿੰਦਾ ਇਹਨਾਂ ਤੇ ਫੌਜੀ ਮਕਦਮੇ ਚ ਚਲਾਓ ਕੋਈ ਵੀਗਾ ਭਾਵੇਂ ਲੀਡਰ ਹੈ ਕੋਈ ਵੀ ਹੈ ਉਹਨੂੰ ਫੌਜ ਤੇ ਤਹਿਤ ਮਕਦਮਾ ਚ ਚਲਾਓ ਕਿਉਂਕਿ ਅਸੀਂ ਉਹ ਆਰਮੀ ਐ ਜਿਨ੍ਹਾਂ ਨੇ ਮੈਂ ਤੁਹਾਨੂੰ ਕੀ ਦੱਸਾਂ ਮੇਜਰ ਅਜ਼ੀਜ਼ ਪੱਟੀ ਨੇ ਤੁਹਾਡੇ ਲਾਹੌਰ ਨੂੰ ਬਚਾਇਆ ਸੀ ਸ਼ਹੀਦ ਹੋ ਗਿਆ ਸੀ 7 ਦਿਨ ਖਾਣਾ ਨਹੀਂ ਖਾਦਾ ਸੀ ਤੁਹਾਨੂੰ ਕੀ ਪਤਾ ਤੁਸੀਂ ਫੁੱਦੂ ਜੀ ਗੱਲਾਂ ਕਰਦੇ ਰਹਿੰਦੇ ਹੋ ਇਹ ਐ ਜੀ ਉਹ ਐ ਜੀ ਘਰ ਬੈਠੇ ਹੀ ਨਾ ਤੁਸੀਂ ਜਲਸੇ 'ਚ ਗਏ ਹੋ ਨਾ ਤੁਸੀਂ ਵੇਖਿਆ ਤਸੀਆਂ ਨਗਾਰਾ ਨੇ ਟੀਵੀਾਂ ਤੇ ਖਬਰਾਂ 'ਚ ਜੰਗ ਦੇ ਵਿੱਚ ਤੁਸੀਂ ਸਾਰੀਆਂ ਖਬਰਾਂ ਮੈਂ ਇਤਵਾਰ ਨੂੰ ਪੜੀਆਂ ਉਹਦੇ ਵਿੱਚ ਇਹੀ ਲਿਖਿਆ ਹੈ ਉਹਨਾਂ ਨੇ ਲਿਖਿਆ ਜੀ ਇਹ Imran Khan ਕੋਲੋਂ ਤਗੜਾ ਜਲਸਾ ਸੀ ਫਿਰ ਇੱਕ ਚੀਜ਼ ਕੋਈ ਬਹਿਸ ਕਰ ਰਿਹਾ ਸੀ ਇਹ ਜਲਸਾ ਬਹੁਤ ਵੱਡਾ ਸੀ ਮੈਂ ਕਿਹਾ ਇਹ ਜਲਸਾ ਇਸ ਕਰਕੇ ਵੱਡਾ ਆਇਆ ਕਿ ਪਿੰਡਾਂ ਥਾਵਾਂ ਤੇ ਕਾਉਂਸਲਰ ਚੇਅਰਮੈਨ ਵੀ ਨਵਾਸ਼ ਸ਼ਰੀਫ ਦੇ ਬੰਦੇ ਨੇ ਉਹ 2018 'ਚ ਵੀ ਨਵਾਸ਼ ਸ਼ਰੀਫ ਜਿੱਤ ਗਿਆ ਸੀਗਾ ਪੰਜਾਬ ਦੇ ਵਿੱਚ ਉਹਦੀ ਬੜੀ ਮਤਲਬ ਹੈ ਮਜ਼ਬੂਤ ਉਹਦੀ ਜੜਾਂ ਆਈਆਂ ਇਹਨੂੰ ਹਲੇ ਤੱਕ ਕੋਈ ਹਲਾ ਨਹੀਂ ਸਕਦਾ ਭਾਈ ਅਸਟਾ ਦਾ ਮਤਲਬ ਹੈ ਉਹਨੇ ਮੋਟਰਵੇ ਸੜਕਾਂ ਸੜਕਾਂ ਪਿੰਡਾਂ ਪੁੰਡਾਂ ਦੇ ਵਿੱਚ ਕਿਸਾਨਾਂ ਵਾਸਤੇ ਬੀਜ ਸਸਤਾ ਇਹ ਬੜੇ ਕੰਮ ਕੀਤੇ ਸੀ ਮੈਂ ਤੁਹਾਨੂੰ ਦੱਸਾਂ ਨਾ ਇਹ ਪਹਿਲੇ ਪੀਪਲ ਪਾਰਟੀ ਕਰਦੀ ਰਹੀ ਹੈ ਲੇਕਿਨ ਇਹਨੇ ਆ ਕੇ ਸ਼ੁਰੂ ਕੀਤੇ ਤੇ ਜ਼ਾਹਿਰ ਹੈ ਕਿ ਹਲੇ ਤੱਕ ਉਹਨੂੰ ਪਹਿਲੇ ਕਹਿੰਦੇ ਸੀ ਜੀਟੀ ਰੋਡ ਦੀ ਪਾਰਟੀ ਜੀਟੀ ਰੋਡ ਤੋਂ ਮਰਾਦ ਹੈ ਜਿੰਨੇ ਜਿਡੀ ਰੋਡ ਦੇ ਪਿੰਡ ਨੇ ਡਸਕੇ ਦੇ ਪਿੰਡ ਨੇ ਹੁਣ ਮੈਨੂੰ ਦੱਸੋ ਡਸਕਾ ਸਿਆਲਕੋਟ ਦੇ ਜਿੰਨੇ ਪਿੰਡ ਨੇ ਉਹਦੇ ਵਿੱਚ ਕਿੰਨੇ ਇਹ ਤਰਕੀਆਤੀ ਉਹ ਕੀ ਨਵਾਸ਼ਰੀ ਦੇ ਖਿਲਾਫ ਹੋਣਗੇ ਉਹਨਾਂ ਦੇ ਕਾਉਂਸਲਰ ਨੇ ਉਹਨਾਂ ਦੇ ਚੇਅਰਮੈਨ ਨੇ ਤੇ ਤੁਸੀਂ ਕਹਿੰਦੇ ਹੋ ਜੀ ਉਹ ਯਾਰ ਉਹ ਇਹ ਕੰਮ ਨਾ ਕਰਦਾ ਇਹ ਕੰਮ ਉਹਨੇ ਜ਼ਰੂਰੀ ਕਰਨਾ ਸੀ ਇਮਰਾਨ ਖਾਨ ਨਿਆਜ਼ੀ ਸਾਹਿਬ ਨੇ ਕੰਮ ਜ਼ਰੂਰ ਕਰਨਾ ਸੀ ਆਂਦਾ ਇਲੈਕਸ਼ਨਾਂ 'ਚ ਹਿੱਸਾ ਲੰਦਾ ਹਿੱਸਾ ਪਾਉਂਦਾ ਜਿਹੜੀ ਪਾਰਟੀ ਜਿੱਤੀ ਠੀਕ ਹੈ ਉਹਦੇ ਕੰਮ ਹੀ ਉਲਟੇ ਪਾਸੇ ਤੁਰ ਪਿਆ ਜਦੋਂ ਕੰਮ ਹੀ ਨਹੀਂ ਸੀਗਾ ਉਹ ਸਿਆਸਤ ਦਾ ਕੰਮ ਨਹੀਂ ਸਿਆਸਤ ਦਾ ਕੰਮ ਹੈ ਸਿਆਸਤ ਨਾਲ ਮਹੱਲੇ ਦੇ ਜਿਹੜੇ ਬੰਦੇ ਖਲੋਤੇ ਹੁੰਦੇ ਨੇ ਦੋ ਕੌਂਸਲਰ ਵੀ ਉਹ ਵੀ ਸਿਆਸੀ ਹੁੰਦੇ ਨੇ ਇੱਕ ਦੂਸਰੇ ਦੇ ਨਾਲ ਗੱਲ ਕਰਦੇ ਨੇ ਮੁਖਾਲਫਤ ਕਰਦੇ ਨੇ ਜਾਂ ਅੱਛਾ ਭੈੜਾ ਕਹਿੰਦੇ ਨੇ ਉਹ ਪੁੱਠੇ ਪਾਸੇ ਵੱਲ ਤਰੀ ਚੜ ਜਾਂਦੇ ਜਾਂ ਤੁਹਾਡੇ ਕੋਲੋਂ ਭਾਈ ਜੀ ਅਸੀਂ ਤੁਹਾਡੇ ਕੋਲੋਂ ਅਸਲਾ ਅਸੀਂ ਤੁਹਾਡੇ ਕੋਲੋਂ ਫਲਾਸੀ ਤੇ ਫਿਰ ਤਾਂ ਤੁਸੀਂ ਲੜੋ ਨਾ ਅਸੀਂ ਤਾਂ ਕਿ ਸਿਆਸੀ ਲੜ ਡੰਗ ਲੜਨੀ ਹੈ ਤੁਸੀਂ ਸਿਆਸਤ ਦੇ ਵਿੱਚ ਇੱਕ ਦੂਸਰੇ ਦੇ ਕੰਮ ਨੂੰ ਵਿਖਾਣਾ ਹੈ ਕਰਨਾ ਹੈ ਤੁਹਾਡੀ ਗਲੀ ਦੇ ਵਿੱਚ ਛੜਾ ਲਾ ਬਣਿਆ ਹੋਵੇ ਤੁਸੀਂ ਉਹਨੂੰ ਵੋਟ ਪਾ ਲੋਗੇ ਇਸ ਕਾਉਂਸਲਰ ਨੂੰ ਕਦੇ ਨਹੀਂ ਪਾਓਗੇ ਉਹ ਤੁਹਾਨੂੰ ਛੜਾ ਬਣਾ ਕੇ ਦੇਗਾ ਫਿਰ ਤੁਸੀਂ ਉਹਨੂੰ ਵੋਟ ਪਾਓਗੇ ਤੇ ਇਸ ਤਰ੍ਹਾਂ ਦੀ ਗੱਲਾਂ ਨਾ ਕਰਿਆ ਕਰੋ ਮੇਰੇ ਪਿਆਰੇ ਬੱਬੂ ਗੋਸ਼ੋ ਕਈ ਬੜੇ ਸਮਝਦਾਨ ਨੇ ਕਈ ਬੱਬੂ ਗੋਸ਼ੇ ਨਾ ਸਮਝਨੇ ਉਹ ਇੱਥੇ ਆ ਕੇ ਨਾ ਐਂਕਰੀਆਂ ਸ਼ੁਰੂ ਕਰ ਦਿੰਦੇ ਨੇ ਆਪਣੀਆਂ ਗੱਲਾਂ ਬਾਤਾਂ ਜਿਹਦਾ ਕੋਈ ਯਾਰ ਵਿਊਜ਼ ਲੈਣਾ ਜਾਂ ਕਰਨਾ ਇਹ ਕੋਈ ਕੰਮ ਨਹੀਂਗਾ ਹਕੀਕਤ ਦੀ ਗੱਲ ਦੱਸੋ ਵਿਊਜ਼ ਆਣ ਨਾ ਆਣ ਇਹਦੇ ਵਿੱਚ ਕੋਈ ਮਜ਼ਾਕਾ ਨਹੀਂ ਹੋਣਾ ਚਾਹੀਦਾ ਲੇਕਿਨ ਗੱਲਾਂ ਸੱਚੀਆਂ ਕਰੋ ਉਹ ਕਰ ਗਿਆ ਨਾ ਤਕਰੀਰ ਵੀ ਚੰਗੀ ਕਰ ਗਿਆ ਜਦ ਸਾਹਿਬ ਵੀ ਚੰਗਾ ਕਰ ਗਿਆ ਫੇਰ ਹੁਣ ਤੈਨੂੰ ਤੁਸੀਂ ਚੋਟ ਆਕੂ ਚੋਟ ਆਕੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਦੇ ਸੀ ਪਹਿਲੇ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਉਹ ਹੀ ਚੋਟ ਆਕੂ ਤੁਹਾਡੇ ਤੋਂ ਕੁਮਰਾਨ ਹੋਣਗੇ ਚੋਟ ਆਕੂ ਨਾ ਮੈਨੂੰ ਕੀ ਫਰਕ ਪਿਆ ਕਿਹੜੀ ਚੀਜ਼ ਤੁਸੀਂ ਸਸਤੀ ਕਰਤੀ ਤੁਸੀਂ ਆਦੇ ਸਾਰ मतलब यह दिन नहीं आटा सारा पता करवाया जो पता चलिया कि तुम्हें सारा समगनिंग करा के पैसा घर ते तो आया कि फायदा सीडर का मैं जन मैं कहता कि नवा पाकिस्तान बनेगा उन्हें पुराने भी खत्म करता ठीक है ना तो यह चीज़ा सोच दिया हैं जे मोबाइलों पर आकर इस तरह की फजूल गल करो जेद्ध यार मैं भी कुछ हासिल हो तो कुछ हासिल ना होता कि ਉਜੀ 10 ਕਮਿਸ਼ਨ ਲੰਦਾ ਸੀ ਬੈਟਰ ਹੋਵੇ ਇਤੋਂ ਉਹ ਕਮਿਸ਼ਨ ਤੇ ਸੇਲਮੈਨ ਵੀ ਲੰਦਾ ਹੈ ਹਰ ਕੰਮ ਤੇ ਸੇਲਮੈਨ ਲੰਦਾ ਹੈ ਪ੍ਰਾਪਰਟੀ ਜੋ ਹਰ ਬੰਦਾ ਸੇਲਮੈਨ ਲੰਦਾ ਹੈ ਅਗਰ ਮੈਂ ਵੀ ਕਿਸੇ ਦੀ ਚੀਜ਼ ਬੁਕਾਵਾਂਗਾ ਤੇ ਮੈਂ ਵੀ ਸੇਲਮੈਨ ਕਰਨ ਦਾ ਉਹਦੀ ਕਮਿਸ਼ਨ ਲਵਾਂਗਾ ਤੇ ਮੇਰੇ ਪਿਆਰੇ ਬੱਬੂ ਗੁਸ਼ੇ ਗੱਲ ਕਰਨ ਦੀਆਂ ਦੀਆਂ ਜੀ ਉਹਦੀ ਮੋਟਰ ਵੇ ਤੋਂ ਕਮਿਸ਼ਨ ਕਮਾਉਂਦਾ ਸੀ ਉਹ ਸੜਕਾ ਤੋਂ ਕਮਿਸ਼ਨ ਕਮਾਉਂਦਾ ਸੀ ਉਹ ਮੁਕਾਂਦਾ ਸੀ ਮੈਂ ਮੰਨਾਂ ਉਹ ਮੁਕੇਸ਼ ਜਿਹੜੀ ਕਮਿਸ਼ਨ ਹੁੰਦੀ ਹੈ ਹਰ ਸੇਲਮੈਨ ਲੰਦਾ ਹੈ ਹਰ ਬੰਦਾ ਲੰਦਾ ਹੈ ਕਿਸੇ ਚੀਜ਼ ਨੂੰ ਵੇਚਣ ਵਾਸਤੇ ਮੈਂ ਵੀ ਕੋਈ ਪ੍ਰੋਡਕਟ ਵੇਚਾਂਗਾ ਤਾਂ ਮੈਨੂੰ ਵੀ ਕਮਿਸ਼ਨ ਮਿਲੇਗੀ ਕੰਪਨੀ ਵੱਲੋਂ ਕੰਪਨੀ ਮੈਨੂੰ ਕਮਿਸ਼ਨ ਵੀ ਦੇਗੀ ਤਨਖਾਹ ਵੀ ਦੇਗੀ ਤਾਂ ਭਾਈ ਜਣ ਇਹੋ ਜਿਹੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਗੱਲਾਂ ਜਿਹੜੀਆਂ ਇਹਨਾਂ ਹਕੀਕਤ ਦੇ ਨਜ਼ਦੀਕ ਕਰੋ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ 800 ਰੁਪਏ ਦਾ ਥੱਲਾ 20 ਕਿਲੋ ਦਾ ਮਿਲਦਾ ਸੀ ਮੈਂ ਆਰਾਮ ਨਾਲ ਲੈ ਜਾਂਦਾ ਸੀ ਅੱਜ ਉਹ ਹੀ ਥੱਲਾ ਜਿਹੜਾ ਮੈਨੂੰ 3000 ਚ ਮਿਲ ਰਿਹਾ ਕਿੰਨਾ ਦੁੱਖ ਪਉਂਦਾ ਉਹੀ ਤੇਲ ਮੈਂ 140 ਚ ਲੈਂਦਾ ਸੀਗਾ ਅੱਜ ਉਹ ਮੈਂ 600 ਰੁਪਏ ਚ ਮੈਨੂੰ ਕਿੰਨੀ ਤਕਲੀਫ ਪਉਂਦੀ ਹੈ ਤੁਹਾਨੂੰ ਨਹੀਂ ਪਉਂਦੀ ਤੁਸੀਂ ਨਹੀਂ ਇੱਕ ਹੋਰ ਕੀਤਾ ਤੁਸੀਂ ਇੱਕ ਚਟੇ ਰਗ ਨੂੰ ਵੇਖਿਆ ক্রিকেট ਖਿਡਾਰੀ ਹੈ ਉਹ ਯਾਰ ਉਹਨੇ ਚੰਗਾ ਕੰਮ ਕੀਤਾ ਹੋਵੇ ਤਾਂ ਮੈਂ ਵੀ ਕਹਾਂ ਯਾਰ ਕੋਈ ਮੈਂ ਵੀ ਕਹਾਂ ਕਿ 10 ਦਿਨਾਂ ਬਾਅਦ ਉਹਨੇ 600 ਰੁਪਏ ਦਾ ਥਾਲਾ ਕਰਤਾ ਸੀ ਮੈਂ ਵੀ ਨਾਰਾ ਮਾਰ ਦਿਆ ਤੁਸੀਂ ਸਿਰਫ ਇੱਕ ਮੰਮੀ ਡੈਡੀ ਮੰਮੀ ਡੈਡੀ ਨੇ ਸਾਨੂੰ ਖਰਾਬ ਕਰਤਾ ਮੰਮੀ ਡੈਡੀ ਨੇ ਸਾਨੂੰ ਮਰਵਾਤਾ ਮੰਮੀ ਡੈਡੀ ਨੇ ਸਾਨੂੰ ਮਰਵਾਤਾ ਸਾਡੇ ਗਰੀਬਾਂ ਨੂੰ ਵੀ ਮਰਵਾਤਾ ਮਿਡਲ ਕਲਾਸ ਧੱਕੇ ਨੂੰ ਮਰਵਾਤਾ ਨਾ ਸਾਡੀਆਂ ਤਨਖਾਹਾਂ ਵਧੀਆਂ ਨਾ ਸਾਡੀਆਂ ਪੈਨਸ਼ਨਾਂ ਦੌਰ ਚ ਬਣੀਆਂ ਕੁਝ ਵੀ ਨਹੀਂ ਵੱਧ ਸਕਿਆ ਸਿਰ ਉਹ ਸਮਗਲੀ ਹੁੰਦਾ ਰਿਹਾ ਤੁਹਾਨੂੰ ਮੈਂ ਪਹਿਲੇ ਵੀ ਕਿਹਾ ਸੀ ਜ਼ਕਾਤ ਦੇਣਾ ਵਾਲਾ ਵਰਦਾ ਤੁਹਾਡੇ ਵਾਸਤੇ ਵੀ ਕੁਝ ਨਹੀਂ ਕਰੇਗਾ ਮੇਰੇ ਵਾਸਤੇ ਵੀ ਕੁਝ ਨਹੀਂ ਕਰੇਗਾ ਇਹ ਗੱਲ ਜੇ ਨਸ਼ੀਨ ਕਰ ਲੋ ਚਲੋ ਰੋਮੀਓ ਜਾਨ ਨੂੰ ਇਜਾਜ਼ਤ ਦਿਓ ਮੇਰੇ ਪਿਆਰੇ ਬੱਬੂ ਗੋਸ਼ੋ ਬੰਦਾ ਚਾਹਵੇ ਤੇ ਕੀ ਨਹੀਂ ਕੁਝ ਕਰ ਸਕਦਾ ਇਹ ਮੰਨੇ ਹੈ ਵੇਲਾ ਤੰਗ ਤੋਂ ਤੰਗ ਆਂਦਾ ਹੈ ਔਰਾਂ ਜਾ ਤੁਰੇ ਤੇ ਸਹੀ ਤਖਤਜ਼ਾਰੇ ਤੋਂ ਪੈਰਾ ਹੇਟ ਚਾਲਾਂ ਦਾ ਚੰਗਾ ਆਂਦਾ ਹੈ ਇਹ ਗੱਲਾਂ ਸੋਚਿਆ ਕਰੋ ਬੱਬੂ ਗੋਸ਼ੋ ਰੋਮੀਓ ਜਾਨ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼